ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਦੇਖੋ, ਇਹ ਈਵਨਿੰਗ ਦਾ ਟਾਈਮ ਹੈ ਅਤੇ ਮੰਮੀ ਸਬਜ਼ੀ ਬਣਾਉਣ ਲੱਗੇ ਨੇ। ਪਹਿਲਾਂ ਆਪਾਂ ਪਤੀਲਾ ਰੱਖਤਾ, ਜਦੋਂ ਇਹਦੇ ਵਿੱਚ ਵਾਲਾ ਪਾਣੀ ਬਿਲਕੁਲ ਸੁੱਕ ਜੂ, ਫਿਰ ਆਪਾਂ ਇਹਦੇ ਵਿੱਚ ਓਇਲ ਐਡ ਕਰ ਦਾਂਗੇ। ਹੁਣ ਆਪਾਂ ਇਹਦੇ ਵਿੱਚ ਜੀਰਾ ਵੀ ਐਡ ਕਰ ਦਾਂਗੇ ਜਦੋਂ ਇਹ ਬਿਲਕੁਲ ਗਰਮ ਹੋ ਜੂਗਾ। ਦੇਖੋ, ਮੰਮੀ ਨੇ ਮਸਾਲਾ ਹੱਥਾਂ ਨਾਲ ਤਿਆਰ ਕਰ ਲਿਆ ਅਤੇ ਹੁਣ ਇੱਧਰ ਆਪਣਾ ਤੇਲ ਵੀ ਗਰਮ ਹੋ ਗਿਆ। ਹੁਣ ਇਹਦੇ ਵਿੱਚ ਜੀਰਾ ਐਡ ਕਰਤਾ ਅਤੇ ਫਿਰ ਇਹ ਮਸਾਲਾ ਐਡ ਕਰ ਦਾਂਗੇ। ਇਹਦੇ ਵਿੱਚ ਪਿਆਜ਼, ਅਦਰਕ, ਹਰੀ ਮਿਰਚ ਅਤੇ ਲਸਣ ਕੁੱਟਿਆ ਹੋਇਆ। ਇਹਦੇ ਨਾਲ ਨਾਲ ਜੇ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੋੜ੍ਹਾ ਟਾਈਮ ਆਪਾਂ ਮਸਾਲੇ ਨੂੰ ਇੱਦਾਂ ਹੀ ਭੁੰਨ ਲਵਾਂਗੇ। ਇਹ ਦੇਖੋ, ਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਐਡ ਕਰ ਦਿੰਦੇ ਹਾਂ। ਇਹ ਦੇਖੋ, ਹੁਣ ਆਪਾਂ ਇਹਨੂੰ ਮਿਕਸ ਕਰ ਦਿੰਦੇ ਹਾਂ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਵਾਟਰ ਐਡ ਕਰਤਾ ਥੋੜ੍ਹਾ ਜਿਹਾ। ਆਪਾਂ ਅੱਜ ਆਲੂ ਮਟਰਾਂ ਦੀ ਸਬਜ਼ੀ ਬਣਾਉਣੀ ਆ। ਮਟਰ ਮੰਮੀ ਨੇ ਕੱਢ ਲਏ ਅਤੇ ਆਲੂ ਉਬਾਲ ਲਏ ਸੀ ਸਵੇਰੇ ਕਿ ਸਬਜ਼ੀ ਜਲਦੀ ਬਣ ਜਾਂਦੀ ਆ ਉਬਲੇ ਹੋਏ ਆਲੂਆਂ ਦੀ। ਹੁਣ ਆਪਾਂ ਮਸਾਲੇ ਨੂੰ ਦੋ ਤਿੰਨ ਵਾਰ ਥੋੜ੍ਹਾ ਥੋੜ੍ਹਾ ਵਾਟਰ ਪਾ ਕੇ ਭੁੰਨ ਲਾਂਗੇ ਚੰਗੀ ਤਰ੍ਹਾਂ। ਅਤੇ ਇੰਨੇ ਮੈਂ ਕੈਮਰਾ ਔਫ ਕਰ ਦਿੰਦੇ ਹਾਂ, ਆਪਾਂ ਫਿਰ ਮਿਲਦੇ ਹਾਂ। ਮਸਾਲਾ ਆਪਾਂ ਭੁੰਨ ਲਿਆ ਦੋ ਤਿੰਨ ਵਾਰ ਪਾਣੀ ਪਾ ਕੇ ਅਤੇ ਹੁਣ ਆਪਾਂ ਇਹਦੇ ਵਿੱਚ ਮਟਰ ਪਾ ਦਿੰਦੇ ਹਾਂ। ਮਟਰ ਆਪਾਂ ਵਿੱਚ ਪਾ ਤੇ ਅਤੇ ਹੁਣ ਥੋੜ੍ਹਾ ਟਾਈਮ ਇਹਨਾਂ ਨੂੰ ਆਲੂ ਪਾਉਂਦੇ ਹਾਂ। ਅੱਧੇ ਆਲੂ ਅਸੀਂ ਇੱਦਾਂ ਭੰਨ ਕੇ ਪਾਵਾਂਗੇ ਤਾਂ ਜੋ ਕਿ ਆਪਣੀ ਜਿਹੜੀ ਸਬਜ਼ੀ ਆ ਉਹ ਗਾੜੀ ਜਿਹੀ ਬਣ ਜਾਵੇ, ਕਿਉਂਕਿ ਪਤਲੀ ਜਿਹੀ ਸਬਜ਼ੀ ਵਧੀਆ ਨਹੀਂ ਲੱਗਦੀ। ਤਾਂ ਹੀ ਆਪਾਂ ਫਿਰ ਆਲੂਆਂ ਨੂੰ ਉਬਾਲ ਲਿਆ ਸੀ। ਇਹ ਤੋਂ ਬਾਅਦ ਆਪਾਂ ਸਬਜ਼ੀ 'ਚ ਧਨੀਆ ਪਾ ਦਾਂਗੇ। ਧਨੀਆ ਨਾਲ ਸਬਜ਼ੀ ਬਹੁਤ ਟੇਸਟੀ ਬਣ ਜਾਂਦੀ ਆ। ਇਹ ਦੇਖੋ, ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ
ਤੇ ਹੁਣ ਆਪਾਂ ਇਹਦੇ ਵਿੱਚ ਵਾਟਰ ਐਡ ਕਰ ਦਾਂਗੇ ਥੋੜ੍ਹੇ ਥੋੜ੍ਹੇ ਸੇਕ ਨਾਲ ਇਹਨੇ ਆਪ ਹੀ ਬਣ ਜਾਣਾ ये देखो आपां इहदे उपर पानी धर लिया आपां इहदे च गर्म पानी पावांगे ठंडे नाल टाइम लगू गर्म पानी नाले जल्दी बन जू अग अपनी मचती आ ये देखो सब्जी अपनी तकरीबन बन चुकी है आपां धनिया कट लिया ते हुण आपां इहदे विच धनिया ऐड कर दिंदे आ ਲੱਗ ਜੂਗਾ ਅੱਗ ਮੱਚਦੀ ਆ ਅਤੇ ਮੰਮੀ ਉੱਧਰ ਧਾਰ ਕੱਢਣ ਗਈ ਹੋਈ ਜੀ ਡੈਡੀ ਕੱਪ ਲਿਆ ਚਲੋ ਠੀਕ ਆ ਇਹਦੇ ਨਾਲ ਨਾਲ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰ ਦਿੰਦੇ ਹਾਂ ਮਿਲਦੇ ਹਾਂ ਫਿਰ ਕਿਸੇ ਨੈਕਸਟ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ